ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬੈਠੇ ਹਾਂ ਗੱਡੀ ਦੀ ਬੈਕ ਸੀਟ 'ਤੇ, ਤੁਹਾਨੂੰ ਗੱਡੀ ਦੇ ਕੁਝ ਫੀਚਰ ਅਤੇ ਕੁਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ। ਅੱਜ ਕੱਲ੍ਹ ਦੀਆਂ ਮਾਡਲ ਗੱਡੀਆਂ ਵਿੱਚ ਇੱਕ ਫੀਚਰ ਹੈ, ਅਗਰ ਗੱਡੀ ਸੈਂਟਰ ਲੌਕ ਵੀ ਹੈ ਤਾਂ ਵੀ ਤੁਸੀਂ ਸਾਰੇ ਵਿੰਡੋਜ਼ ਅੰਦਰੋਂ ਖੋਲ੍ਹ ਸਕਦੇ ਹੋ। ਹੁਣ ਤਾਂ ਗੱਡੀ ਓਪਨ ਸੀ, ਮੈਂ ਤੁਹਾਨੂੰ ਗੱਡੀ ਲੌਕ ਕਰਕੇ ਦਿਖਾਉਂਦਾ, ਦੇਖ ਸਕਦੇ ਤੁਸੀਂ ਗੱਡੀ ਲੌਕ ਹੋ ਗਈ ਹੈ। ਹੁਣ ਵੀ ਮੈਂ ਅਗਰ ਚਾਹਾਂ ਤਾਂ ਮੈਂ ਗੱਡੀ ਅੰਦਰੋਂ ਹੀ ਅਨਲੌਕ ਕਰ ਸਕਦਾ ਬਿਨਾਂ ਗੱਡੀ ਅਨਲੌਕ ਕੀਤੇ। ਦੇਖੋ ਇਹ ਇੱਕ ਸੇਫਟੀ ਫੀਚਰ ਹੈ, ਅਗਰ ਡਰਾਈਵਰ ਨੂੰ ਕੁਛ ਹੁੰਦਾ ਹੈ ਤਾਂ ਪੈਸੰਜਰ ਗੱਡੀ ਆਪਣੇ ਆਪ ਓਪਨ ਕਰ ਸਕਦੇ ਨੇ, ਉਹਨਾਂ ਨੂੰ ਡਰਾਈਵਰ ਡੋਰ ਤੋਂ ਕਮਾਂਡ ਦੇਣ ਦੀ ਕੋਈ ਲੋੜ ਨਹੀਂ ਹੈ, ਪਿੱਛੋਂ ਹੀ ਓਪਨ ਕਰ ਸਕਦੇ ਨੇ। ਪਰ ਇਹ ਫੀਚਰ ਅਗਰ ਤੁਹਾਡੇ ਬੱਚੇ ਪਿੱਛੇ ਬੈਠੇ ਨੇ ਤਾਂ ਬਹੁਤ ਘਾਤਕ ਹੋ ਸਕਦਾ ਹੈ, ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਵੀ ਗੱਡੀ ਓਪਨ ਕਰਨੀ ਨਹੀਂ ਕਰਨੀ, ਉਹ ਇੱਦਾਂ ਹੀ ਸਿੰਪਲ ਕਰ ਸਕਦੇ ਨੇ। ਠੀਕ ਹੈ ਜੀ, ਇਸ ਤੋਂ ਬਚਾਓ ਲਈ ਹਰ ਗੱਡੀਆਂ ਵਿੱਚ ਇੱਕ ਸੇਫਟੀ ਫੀਚਰ ਦਿੱਤਾ ਹੁੰਦਾ ਹੈ, ਉਹਨੂੰ ਆਪਾਂ ਬੋਲਦੇ ਹਾਂ ਚਾਈਲਡ ਸੇਫਟੀ ਲੌਕ। ਤੁਹਾਨੂੰ ਮੈਂ ਦਿਖਾਉਂਦਾ, ਆਹ ਦੇਖ ਸਕਦੇ ਤੁਸੀਂ ਇਹ ਚਾਈਲਡ ਸੇਫਟੀ ਲੌਕ। ਇਹਦੇ ਵਿੱਚ ਚਾਬੀ ਪਾ ਕੇ ਤੁਸੀਂ ਇਹਨੂੰ ਘੁਮਾ ਦੇਣਾ ਹੈ ਸਾਈਡ 'ਤੇ, ਅਤੇ ਗੱਡੀ ਤੁਹਾਡੀ ਅੰਦਰੋਂ ਨਹੀਂ ਖੁੱਲ੍ਹੇਗੀ, ਸਿਰਫ ਬਾਹਰੋਂ ਖੁੱਲ੍ਹੇਗੀ। ਘੁਮਾਉਣਾ ਕਿੱਦਾਂ ਹੈ ਤੁਹਾਨੂੰ ਮੈਂ ਦੱਸਦਾ। ਆਪਣੀ ਜਿੱਡੀ ਚਾਬੀ ਲੈਣੀ ਹੈ, ਉਹਨੂੰ ਇਸ ਲੌਕ 'ਚ ਪਾਉਣਾ ਅਤੇ ਇਸ ਨੂੰ ਇੱਦਾਂ ਘੁਮਾ ਦੇਣਾ ਹੈ। ਠੀਕ ਹੈ ਜੀ, ਘੁੰਮ ਗਈ। ਹੁਣ ਅਗਰ ਤੁਸੀਂ ਟੱਕ ਕੇ ਲੌਕ ਕਰ ਦੋਗੇ ਤਾਂ ਇਹ ਸਿਰਫ ਬਾਹਰੋਂ ਖੁੱਲ੍ਹੇਗੀ, ਅੰਦਰ ਨਹੀਂ ਖੁੱਲ੍ਹੇਗੀ। ਤੁਹਾਨੂੰ ਮੈਂ ਅੰਦਰ ਬੈਠ ਕੇ ਵੀ ਦਿਖਾ ਦਿੰਦਾ। ਗੱਡੀ ਸੈਂਟਰ ਲੌਕ ਹੈ ਅਤੇ ਮੈਂ ਅੰਦਰੋਂ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ, ਗੱਡੀ ਨਹੀਂ ਖੁੱਲ੍ਹ ਰਹੀ। ਸੋ ਇਹ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਬੈਕ ਸੀਟ 'ਤੇ ਬਿਠਾਉਂਦੇ ਹੋ, ਕਿਉਂਕਿ ਫਰੰਟ ਸੀਟ 'ਤੇ ਵੈਸੇ ਵੀ ਬਿਠਾਉਣਾ ਚਾਹੀਦਾ, ਗੱਡੀ 'ਚ ਏਅਰਬੈਗ ਹੁੰਦੇ ਨੇ, ਬੱਚਿਆਂ ਨੂੰ ਪਿੱਛੇ ਬਿਠਾਉਣਾ ਚਾਹੀਦਾ। ਪਰ ਹੁਣ ਅਗਰ ਬੱਚੇ ਪਿੱਛੇ ਬੈਠ ਕੇ ਟਾਕੀ ਖੋਲ੍ਹਣ ਤਾਂ ਇਹ ਤਾਂ ਉਹ ਤੋਂ ਵੀ ਜ਼ਿਆਦਾ ਘਾਤਕ ਚੀਜ਼ ਹੈ, ਕਿਉਂਕਿ ਏਅਰਬੈਗ ਤਾਂ ਉਦੋਂ ਹੀ ਬਸਟ ਹੋਏਗਾ ਜਦੋਂ ਐਕਸੀਡੈਂਟ ਹੋਏਗਾ, ਪਰ ਟਾਕੀ ਤਾਂ ਤੁਸੀਂ ਕਦੇ ਵੀ ਖੋਲ੍ਹ ਸਕਦੇ ਹੋ। ਸੋ ਆਪਣੇ ਬੱਚਿਆਂ ਦੀ ਸੇਫਟੀ ਲਈ ਅਤੇ ਆਪਣੇ ਪਰਿਵਾਰ ਦੀ ਸੇਫਟੀ ਲਈ ਇਹ ਜ਼ਰੂਰ ਕਰੋ। ਠੀਕ ਹੈ ਜੀ, ਹੁਣ ਮੈਨੂੰ ਵੀ ਦੂਸਰੀ ਸਾਈਡ 'ਤੇ ਉਤਰਨਾ ਪਏਗਾ, ਕਿਉਂਕਿ ਉਹ ਤਾਂ ਚੈਨਲ ਲੌਕ ਹੋ ਚੁੱਕੀ ਹੈ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ।